ਮਰਦਾਨ ਤੋਂ ਖਬਰ ਬੁਲੇਟਿਨ ਦਾ ਹਿੱਸਾ ਬਣਦੇ ਵੰਨੂ ਮਰਦਾਨ ਵਿੱਚ ਪੁਲਿਸ ਗਾਰੀ ਦੇ ਖੁਫੀਆ ਖਾਨੇ ਤੋਂ ਅਸਲੇ ਦੀ ਖੇਪ ਪਕੜ ਗਈ ਦੀ ਕਰਾਚੀ ਵਿੱਚ ਪੁਲਿਸ ਤੇ ਰੇਂਜਰਸ ਕਾਰਵਾਈਆਂ ਕਰਤੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਗਿਦਾ ਅਸਲਾ ਤੇ ਬਾਰੂਦੀ ਮਵਾਦ ਵੀ ਬਰਾਮਦ ਥਿਆ ਮਰਦਾਨ ਵਿੱਚ ਪੁਲਿਸ ਕਾਰਵਾਈ ਕਰਤੇ ਗਾਰੀ ਦੇ ਖੁਫੀਆ ਖਾਨੇ ਤੋਂ ਵੱਡੀ ਤਾਦਾਦ ਵਿੱਚ ਅਸਲਾ ਬਰਾਮਦ ਕਰ ਗਿਦਾ ਪੁਲਿਸ ਮੁਤਾਬਕ ਬਰਾਮਦ ਕੀਤਾ ਗਿਆ ਅਸਲਾ ਮਰਦਾਨ ਤੋਂ ਸਖਾ ਕੋਟ ਇਸਮੰਗਲ ਕੀਤਾ ਵੇਂਦਾ ਪਿਆ ਅਸਲੇ ਵਿੱਚ ਰਿਪੀਟਰ 12 ਬੋਰ ਪਿਸਤੌਲ 9 mm ਪਿਸਤੌਲ ਤੇ ਵੱਡੀ ਤਾਦਾਦ ਵਿੱਚ ਮੈਗਜ਼ੀਨ ਤੇ ਗੋਲੀਆਂ ਪਕੜੀਆਂ ਗਏ ਗਾਰੀ ਵਿੱਚ ਮੌਜੂਦ ਮੁਲਜ਼ਮ ਨੂੰ ਗ੍ਰਿਫਤਾਰ ਕਰਤੇ ਤਫਤੀਸ਼ ਕਿਤੇ ਨਾਮਾਲੂਮ ਮਕਾਮ ਤੇ ਮੁੰਤਕਿਲ ਕਰ ਦਿੱਤਾ ਗਿਆ ਕਰਾਚੀ ਦੇ ਮੁਖਤਲਿਫ ਇਲਾਕਿਆਂ ਤੋਂ ਰੇਂਜਰਸ ਟਾਰਗੇਟਡ ਕਾਰਵਾਈਆਂ ਕਰਤੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਗਿਦਾ ਤਰਜਮਾਨ ਰੇਂਜਰਸ ਮੁਤਾਬਕ ਮੁਲਜ਼ਮਾਂ ਨੇ 3 ਟਾਰਗੇਟ ਕਿਲਿੰਗ ਤੇ 1 ਬੱਤਾ ਖੋਰੀ ਵਿੱਚ ਮੁਲਵਿਸ ਹੈ ਕਾਰਵਾਈਆਂ ਜਮਸ਼ੇਦ ਟਾਊਨ ਕੋਰੰਗੀ ਤੇ ਕਲਿਫਟਨ ਦੇ ਇਲਾਕਿਆਂ 'ਚ ਕੀਤੀਆਂ ਗਈਆਂ ਜਿਨ੍ਹਾਂ 'ਚ ਮੁਲਜ਼ਮਾਂ ਤੋਂ ਅਸਲਾ ਤੇ ਬਾਰੂਦੀ ਮਵਾਦ ਵੀ ਬਰਾਮਦ ਥੇ ਕਰਾਚੀ ਦੇ ਇਲਾਕੇ ਮੋਚਕੋ 'ਚ ਪੁਲਿਸ ਕਾਰਵਾਈ ਕਰਤੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਗਿਦਾ ਪੁਲਿਸ ਮੁਤਾਬਕ ਮੁਲਜ਼ਮਾਂ ਮਨਸ਼ਿਆਤ ਦੀ ਖਰੀਦੋ ਫਰੋਖਤ ਵਿੱਚ ਮੁਲਵਿਸ ਹਨ ਜਿਨ੍ਹਾਂ ਤੋਂ ਅਸਲਾ ਤੇ ਮਨਸ਼ਿਆਤ ਬਰਾਮਦ ਥਈ ਹੈ ਦੂਜੇ ਪਾਸੋਂ ਕਰਾਚੀ ਦੇ ਇਲਾਕੇ PIB ਕਾਲੋਨੀ 'ਚ ਪੁਲਿਸ ਮਨਸ਼ਿਆਤ ਫਰੋਖ ਦਰਵੇਸ਼ ਦੇ ਅੱਡੇ ਤੇ ਛਾਪਾ ਮਾਰਿਆ ਕਾਰਵਾਈ 3 ਮੁਲਜ਼ਮਾਂ ਅਬਦੁੱਲਾ ਮੁਹੰਮਦ ਇਕਬਾਲ ਤੇ ਮੁਹੰਮਦ ਜ਼ਾਹਿਦ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਤੋਂ ਭਾਰੀ ਮਿਕਦਾਰ ਵਿੱਚ ਮਨਸ਼ਿਆਤ ਵੀ ਬਰਾਮਦ ਥਈ ਹੈ